ਇਹ ਪਾਕਿਸਤਾਨ ਹੈ ਅਬ ਸੇ ਬਿਹਤਰ ਕੋਈ ਨਹੀਂ ਜਾਣਦਾ। ਪਾਕਿਸਤਾਨ ਵੈਸੇ ਤੋ ਹਰ ਵਕਤ ਜਬ ਸੇ ਬਣਾ ਹੈ ਗੋਰਾਨੂ ਮੇਂ, ਲੇਕਿਨ ਅਬ ਕੀ ਦਫਾ ਵੋ ਜਿਨ ਹਮਾ ਜਹਿਦ ਗੋਰਾਨੂ ਮੇਂ ਗਿਰਾ ਹੁਆ ਹੈ, ਅਗਰ ਹਮ ਸਭ ਨੇ ਸਬਸੇ ਮੇਰੀ ਮੁਰਾਦ ਹਰ ਵੋ ਆਦਮੀ, ਹਰ ਵੋ ਮਰਦ, ਹਰ ਵੋ ਔਰਤ ਜੋ ਇਸ ਮੁਲਕ ਸੇ, ਇਸ ਮੁਲਕ ਕੀ ਸੋਵਰੇਨਿਟੀ ਸੇ, ਇਸ ਮੁਲਕ ਕੀ ਬਕਾ ਸੇ ਮੁਹੱਬਤ ਰੱਖਤਾ ਹੈ ਜਾਂ ਇਸ ਕੋ ਸਮਝਤਾ ਹੈ, ਉਨ ਸਭ ਕੀ ਜ਼ਿੰਮੇਵਾਰੀ ਬਣਤੀ ਹੈ। ਚਾਹੇ ਉਸਕਾ ਤਾਲੁਕ ਕਿਸੀ ਵੀ ਪਾਰਟੀ ਸੇ ਹੋ, ਕਿਸੀ ਵੀ ਤਨਜ਼ੀਮ ਸੇ ਹੋ, ਕਿਸੀ ਵੀ ਤਰੀਕੇ ਸੇ ਹੋ, ਕਿਸੀ ਵੀ ਗਰੁੱਪ ਸੇ ਹੋ, ਕਿਸੀ ਵੀ ਜ਼ੁਬਾਨ ਸੇ ਹੋ, ਕਲੈਕਟਿਵਲੀ ਇਹ ਮੁਲਕ ਬਿਲਕੁਲ ਡੁੱਬਤੇ ਜਹਾਜ਼ ਕੀ ਤਰ੍ਹਾਂ ਡੁੱਬਨੇ ਕੋ ਹੈ। ਇਹ ਮੁਲਕ ਡੁੱਬ ਰਹਾ ਹੈ ਜਿਸ ਅੰਦਾਜ਼ ਮੇਂ ਮੌਜੂਦਾ ਇੰਤਖਾਬਾਤ ਹੋ, ਮੈਂ ਕਿਸੀ ਕਾ ਨਾਮ ਨਹੀਂ ਲੇਤਾ, ਜਿਸ ਅੰਦਾਜ਼ ਮੇਂ ਦੁਨੀਆ ਵੀ ਅੱਛੀ ਗਈ, ਜਿਸ ਅੰਦਾਜ਼ ਮੇਂ ਸੈਨੇਟ ਕੀ ਸੀਟੇਂ ਮੇਂ ਗਈ, ਜਿਸ ਅੰਦਾਜ਼ ਮੇਂ ਜਿਨ੍ਹੋਂ ਜੀਤਾ ਸਾ ਉਨਸੇ ਛੀਨ ਗਿਆ, ਜਿਨ੍ਹਾਂ ਜਿਨਕੋ ਹਵਾਲੇ ਕਰਨਾ ਥਾ, ਔਰ ਜਿਸਕੀ ਗੋਲ ਜੋ ਅਮਰੀਕਾ ਕੇ ਐਵਾਨੋ ਤੱਕ, ਯੂਨਾਈਟਿਡ ਨੇਸ਼ਨਸ ਤੱਕ ਗਈ, ਉਹ ਤਮਾਮ ਦੁਨੀਆ ਨੇ ਕਿਹਾ ਕਿ ਪਾਕਿਸਤਾਨ ਕੇ ਮੌਜੂਦਾ ਇੰਤਖਾਬਾਤ ਬਿਲਕੁਲ ਬੋਗਸ, ਬਿਲਕੁਲ ਗਲਤ, ਉਤਨਾ ਕਾਬਿਲ ਬਿਆਨ, ਉਤਨਾ ਕਾਬਿਲ ਕਬੂਲ। ਇਨ ਹਾਲਾਤ ਮੇਰੇ ਖਿਆਲ ਮੇਂ ਖਾਮੋਸ਼ ਰਹਿਣਾ, ਚੁੱਪ ਰਹਿਣਾ ਜਾਂ ਘਰ ਬੈਠਣਾ, ਮੈਂ ਉਸੇ ਗੁਨਾਹ ਸਮਝਦਾ ਹਾਂ। ਆਪਣੀ ਬਸਾਤ ਕੇ ਮੁਤਾਬਿਕ, ਆਪਣੀ ਤਾਕਤ ਕੇ ਮੁਤਾਬਿਕ, ਲਾ ਯੁਕੱਲਿਫੁ ਨਫਸਾ ਉਸਾ, ਜਿਤਨੀ ਹਮਾਰੀ ਹਿੰਮਤ ਹੈ, ਹਮ ਲੋਗੋਂ ਨੇ, ਬਾਹਰ ਲੋਗੋਂ ਨੇ, ਹਥਿਆਰ ਲੋਗੋਂ ਨੇ, ਮੁਖਤਲਿਫ ਉਸ ਪਾਰਟੀਓਂ ਨੇ ਇੱਕ ਨਈ ਤਾਰੀਖ ਕੀ ਬੁਨਿਆਦ ਰੱਖੀ। ਪਾਕਿਸਤਾਨ ਮੇਂ ਤਾਰੀਖੇ ਚਲਤੀ ਥੀ, ਉਸਕੋ ਹਟਾਓ, ਉਸਕੋ ਬੁਲਾਓ, ਉਸਕੋ ਲਾਓ, ਫਲਾਨੇ ਕੇ ਜ਼ਰੀਏ ਫਲਾਨੇ ਕੋ ਗਿਰਾਓ, ਫਲਾਨੇ ਕੇ ਜ਼ਰੀਏ ਫਲਾਨੇ ਕੋ ਗਿਰਾਓ। ਇਹ ਪਹਿਲੀ ਤਾਰੀਖ ਹੈ ਜੋ ਨਾ ਕਿਸੀ ਕੋ ਗਿਰਾਨੇ ਕੇ ਲਿਏ ਬਣੀ ਹੈ, ਨਾ ਕਿਸੀ ਕੋ ਤਖ਼ਤ ਸਲਤਨਤ ਪੇ ਬਿਠਾਨੇ ਕੇ ਲਿਏ ਤਾਰੀਖ ਹੈ। ਤਹਫੂਜ਼ ਆਇਨ ਪਾਕਿਸਤਾਨ, ਇਹ ਮੁਲਕ ਇਨ ਬੁਹਰਾਨੋ ਸੇ ਬਿਲਕੁਲ ਕੋਈ ਵੀ ਨਹੀਂ, ਕੋਈ ਮੌਜਜ਼ਾ ਪੈਗੰਬਰੋ ਕੇ ਲਿਏ ਹੋਤਾ ਹੈ, ਪੈਗੰਬਰੋ ਕਾ ਜ਼ਮਾਨਾ ਖਤਮ ਹੋ ਗਿਆ, ਕੋਈ ਮੌਜਜ਼ਾ ਇਹ ਮੁਲਕ ਕੋ ਬਚਾਏਗਾ? ਅਗਰ ਹਮ ਇਸਕੋ ਬਚਾ ਸਕਤੇ ਹੈ ਤੋ ਇਸ ਤਰ੍ਹਾਂ ਬਚਾ ਸਕਤੇ ਹੈ ਕਿ ਆਇਆ ਆਇਨ ਕੀ ਵਾਲਾ ਦਸਤੀ ਹੋ, ਆਵਾਮ ਕੀ ਸਹੀ ਵੋਟੋਂ ਸੇ ਮੁੰਤਖਬ ਪਾਰਲੀਮੈਂਟ ਤਾਕਤ ਕਾ ਸੱਚੀ ਚਸ਼ਮਾ ਹੋ, ਮੁਲਕ ਕੀ ਤਮਾਮ ਖਾਰਜੀ ਔਰ ਦਾਖਲੀ ਪਾਲਿਸੀਆਂ ਵਹਾਂ ਸੇ ਨਿਕਲੇ, ਔਰ ਯਹਾਂ ਬਸਨੇ ਵਾਲੇ ਹਮ ਮੁਖਤਲਿਫ ਲੋਕ ਇਸ ਮੁਲਕ ਮੇਂ ਇਕੱਠੇ ਹੋਏ, ਇੰਡਸ ਸੇ ਉਪਰ ਕੇ ਲੋਕ ਬਲੋਚ, ਪਸ਼ਤੂਨ, ਸੈਂਟਰਲ ਏਸ਼ੀਅਨ ਉਸਸੇ ਤਾਲੁਕ ਰੱਖਤੇ ਹੈ, ਸਟੋਕ ਸੇ ਸਿੰਧ ਔਰ ਹਮਾਰੇ ਪੰਜਾਬੀ ਭਾਈ ਇੰਡੀਅਨ ਉਸਸੇ ਤਾਲੁਕ ਰੱਖਤੇ ਹੈ। ਹਮ ਇੱਕ ਮੁਲਕ ਮੇਂ ਆ ਗਏ, ਹਮਾਰਾ ਮੁਲਕ ਸ਼ਾਇਦ ਇੱਬਰ ਇੱਕ ਆਦਮੀ ਦੋ ਐਸੇ ਹੋ ਜੋ ਇਸ ਮੁਲਕ ਸੇ ਬੜੇ ਹੈ, ਲੇਕਿਨ ਹਮਾਰੀ ਯੇ ਭਾਈ ਲੋਕ, ਹਮਾਰੀ ਯੇ ਕੌਮੇ ਥੇ ਆਪਣੇ ਆਪਣੇ ਵਤਨੋਂ ਪੇ ਹਜ਼ਾਰੋਂ ਸਾਲ ਸੇ ਰਹਿ ਰਹੇ ਹੈ। ਅਭੀ ਇਸ ਮੁਲਕ ਕੋ ਹਮਨੇ ਚਲਾਨਾ ਹੈ, ਇਸ ਮੁਲਕ ਮੇਂ ਦੁਨੀਆ ਮੇਂ ਬਹੁਤ ਸਾਰੇ ਲੋਕ ਹੈ, ਬਹੁਤ ਸਾਰੀ ਜ਼ੁਬਾਨੇ ਹੈ, ਲੇਕਿਨ ਮੁਲਕ ਮੇਂ ਤਰੱਕੀ ਕਰ ਰਹੇ ਹੈ, ਆਗੇ ਬੜ ਰਹੇ ਹੈ। ਇਹ ਮੁਲਕ ਅਬ ਵੀ ਇਨ ਬੁਰਾਨੋਂ ਸੇ ਨਿਕਲ ਸਕਤਾ ਹੈ। IMF ਫਲਾਨਾ ਫਲਾਨਾ ਜੋ ਕਰਜ਼ੇ ਟੀਵੀ ਪੇ ਦਿਖਾਏ ਜਾਤੇ ਹੈ, ਉਤਨੀ ਸਿਫਰ ਅਮਾਨ ਦਿਮਾਗ ਕਬੂਲ ਹੀ ਨਹੀਂ ਕਰਤਾ। ਕੋਈ ਵੀ ਸ਼ਰੀਫ ਅਦਾਰ, ਕੋਈ ਵੀ ਸ਼ਰੀਫ ਆਦਮੀ, ਕੋਈ ਵੀ ਸ਼ਰੀਫ ਵਕੀਲ, ਪੰਜਾਬ ਕਾ, ਸਿੰਧ ਕਾ, ਬਲੋਚਿਸਤਾਨ ਕਾ, ਸਰਾਇਕੀ ਇਲਾਕੇ ਕਾ, ਬਲੋਚ ਇਲਾਕੇ ਕਾ, ਯੇ ਨਹੀਂ ਬਤਾ ਸਕਤਾ ਕਿ ਇਤਨੇ ਬਿਲੀਅਨਸ ਆਫ ਡਾਲਰਸ ਆਏ ਔਰ ਕਹਾਂ ਗਏ, ਔਰ ਹਮਸੇ ਕਹਾ ਜਾ ਰਹਾ ਹੈ ਕਿ ਬਸ ਬਿਸਮਿਲ੍ਲਾ ਕਰੋ, ਇੱਕ ਕਰਜ਼ ਉਤਾਰਨਾ ਹੈ। ਇਨਕੇ ਉਤਾਰਨੇ ਕਾ ਸਿਰਫ ਇੱਕ ਹੀ ਰਾਸਤਾ ਹੈ, ਯਾਨੀ ਬਿਲਕੁਲ ਹਮ ਜੋ ਤਾਰੀਖ ਸ਼ੁਰੂ ਕੀ ਹੈ, ਆਈਨ ਤਹਫੁਜ਼ ਆਈਨ ਪਾਕਿਸਤਾਨ, ਇਹ ਬਿਲਕੁਲ ਆਪ ਐਸੇ ਸਮਝੇ ਕਿ ਇੱਕ ਡੁੱਬਤੇ ਜਹਾਜ਼ ਸੇ SOS ਮੈਸੇਜ ਹੈ, ਇੱਕ ਦੂਸਰੇ ਕੋ ਹੱਕ ਥਾਮੋ ਔਰ ਇਸ ਜਹਾਜ਼ ਕੋ ਬਚਾਓ। ਤੋ ਉਸਕਾ ਬਿਹਤਰੀਨ ਤਰੀਕਾ ਆਜ ਵੀ ਹੈ, ਜ਼ਰਦਾਰੀ ਸਾਹਿਬ ਅਕਸਰ ਕਹਿ ਦੇਤੇ ਹੈ, ਉਹਦੇ ਪ੍ਰੈਜ਼ੀਡੈਂਟ ਲੀਡਰਸ ਕੋ ਵੀ ਉਹਨਾਂ ਨੇ ਕਹਿ ਦਿਆ ਥਾ, ਜਬ ਬੇਨਜ਼ੀਰ ਵਲੀਦ ਕੀ ਸ਼ਹਾਦਤ ਹੋਈ ਥੀ, ਬਹੁਤ ਬੜਾ ਬਹਰਾਨ ਹੁਆ ਥਾ, ਤੋ ਉਹਨੇ ਕਹਾ ਥਾ ਪਾਕਿਸਤਾਨ ਕੱਪੇ, ਬਿਲਕੁਲ ਕੱਪੇ, ਲੇਕਿਨ ਕਿਸ ਤਰ੍ਹਾਂ ਪਾਕਿਸਤਾਨ ਅਬ ਵੀ ਕੱਪ ਸਕਤਾ ਹੈ। ਜ਼ਰਦਾਰੀ ਸਾਹਿਬ ਆਪਣੀ ਮਿਹਰਬਾਨੀ ਕੀ, ਬੇਸਤ ਪ੍ਰੈਜ਼ੀਡੈਂਟ ਆਪਨੇ ਆਪਣੇ ਇਖਤਿਆਰ ਪਾਰਲੀਮੈਂਟ ਕੋ ਦੀ, ਆਪਨੇ ਹਿੰਮਤ ਕੀ 18th ਅਮੈਂਡਮੈਂਟ ਵੀ ਆਪਣੇ ਹੋ ਕਰ ਬਿਸਮਿਲ੍ਲਾ ਕਰਕੇ, ਆਪ ਆਜ ਵੀ ਪ੍ਰੈਜ਼ੀਡੈਂਟ ਹੈ,
پارلیمنٹ کو لکھ کے کہ پارلیمنٹ کا دوسرا وہ ہے جن کے ممبر ہیں ہمارے سینٹ، سینٹ آج بھی 50 سال سے عضو لنگ ہے، سفارشات دیتا ہے، آپ وکیل ہیں، بڑے بڑے ماہر ہو، آپ عالم ہیں ان باتوں کے، جہاں ایسے لوگ رہتے ہوں کہ ایک زبان بولنے والے، ایک نسل یا ایک قومیت کی آبادی زیادہ ہوتی ہے، تو وہاں بائی کیمرل سسٹم بنایا جاتا ہے، ان کی آبادی کو کنٹرول کرنے کے لیے دوسرے ہاؤس میں پھر سب قومیتوں کے برابر کی سیٹیں رکھی جاتی ہیں، اور ان کو وہی اختیارات دیے جاتے ہیں جو قومی اسمبلی کے پاس ہو. ہمارے سینٹ کو یہ اختیارات نہیں دیے. زرداری صاحب مہربانی کر سکتے ہیں، سینٹ کو وہی اختیارات، جو بھی اختیارات قومی اسمبلی کے ہیں وہ سینٹ کو دیے جائیں، پھر ہماری یہ گاڑی چل پڑے گی. دوسری بات، زرداری صاحب یہ کر سکتے ہیں، اور یہ ہمارا حق بھی ہے، ان کی ڈیوٹی بھی ہے، کہ وہ پارلیمنٹ کو لکھے کہ ایسی آئین سازی کرو، پنجاب میں اللہ پاک نے جو نعمتیں پیدا کی، نیچرل، سندھ میں، سرائیکی بیلٹ میں، بلوچ علاقے میں، پشتونخوا وطن میں، اللہ پاک نے جو نعمتیں پیدا کی ہیں، ان پہ پہلا حق اس یونٹ کے بچوں کا ہوگا. سارے کے سارے نہیں، سارے جھگڑے ختم ہو جائیں گے. بی ایل اے ہے، فلانا ہے، بابا، جب آپ آئیں گے لوگوں کے وسائل پہ قبضہ کریں گے، لوگوں کو نہیں سمجھیں گے، تو چوائس کو کیا چاہ رہا ہے؟ جب وہ اپنے وسائل کا دفاع کرتا ہے، یا یہ کہتا ہے کہ بھائی میرے حق حکمرانی میں مداخلت کرتے ہو، اس کو ڈکلیئر کر دیا جاتا ہے دہشت گرد. دہشت گردی بے انصافی سے جنم لیتے. آپ وکیل ہیں، جس گھر میں انصاف نہیں ہوگا، بھائی لڑ پڑتے ہیں، باپ بیٹا لڑ پڑتے ہیں، شوہر بیوی لڑ پڑتے ہیں بے انصافی میں. یہاں بے انصافی سے ملک چلائے جاتے ہیں. بس میرا حکم ہے، یہ سما یہ تو نہیں چلے گا. آج بھی یہ ملک آئی ایم ایف کے قرضوں سے چھٹکارا حاصل کر سکتا ہے. بالکل پہاڑ پڑے ہیں سونے کے، پہاڑ پڑے ہیں کاپر کے، جو چمبے میں استعمال تھے وہ بڑے بڑے سونے سے بھی قیمتی دار. یہ وطن بڑا پڑا ہے، ان پہ اگر عوام کے حق کی ملکیت ہو جائے تو دو فائدے ہوں گے ہمارے. کم از کم پنجاب کو ملا کے پاکستان کے کم از کم 70 لاکھ سے اوپر لوگ بیرونی دنیا میں مزدوری کر رہے ہیں، 7 ملین پیپل، ایون مور دین دیٹ. وہاں اس گرمی میں، وہ دبئی ہو، سعودی عرب ہو، اس گرمی میں جو ہمارے لوگ پسینہ نکال رہے ہیں، ان کے لیے ہم وسائل بنا دیں. آ جائیں گے اپنی بیوی کے پاس، اپنی بیٹی کے پاس، اپنے باپ کے پاس، جمعے میں وہاں گھر ملاقات ہوگی. جب وہ اس گرمی میں، یعنی کیا کریں، ہمارے علاقے میں خاص کر پشتون رواج وہ ہیں، ان کی ہاتھوں نے سارا سندھ کی نہریں بنائی، سارا کراچی بنایا، سارا دبئی بنایا، سارا سعودی عرب بنایا، لیکن ان کو صرف بس یہی ملا تو وقت کی روٹی. اب حالات بڑے خطرناک ہیں. ضرب عزم کے نام سے جو وہ ہوا تھا، اس نے جو جتنی تلخیاں بڑھائی آپ اندازہ نہیں کر سکتے. 70,000 لوگ کہتے ہیں کہ لوگ مارے گئے. یہ پھر ہماری یہ دوسروں کی پراکسی میں جب ہم چل پڑے، یعنی تشیع اور سعودی اور روس کی لڑائی میں، ہر امام بارگاہ، ہر مسجد خون سے رنگ دیا گیا. یہ باتیں بربادی کی باتیں ہیں. بس ہمیں وہ پنجابی کہتے ہیں بندہ بڑھو، بس ہمیں بندہ بننا ہوگا، ماضی کو بھولنا ہوگا. سب نے مل کے کلیکٹو وزڈم سے، ایک آدمی نہیں کر سکتا، کلیکٹو وزڈم سے ہم نے اس ملک کو بچانا. وہ بچانے کا یہی راستہ ہے کہ پشتوں میں کہتے ہیں کوزور کرنے کی طاقت سے گاؤں نہیں بچائے جا سکتے، ہلنساری سے، ڈائلاگ سے، افغانستان، ادھر ادھر باتیں ہو رہی ہیں. ہمارے پتہ نہیں فوجی بھائی نہیں سمجھتے ہیں، یا ہمارے جو سیاسی لوگ ہیں وہ نہیں سمجھتے ہیں. بھائی جھگڑا آج بھی دنیا کے وسائل کا ہے، اور وسائل یہاں ہیں. وسائل افغانستان میں ہیں، وسائل پاکستان میں ہیں، وسائل ایران میں ہیں. دنیا کے یہ مفسان چاہتے ہیں کہ ایک اور لڑائی، لیکن وہ ہمارے خطے میں. یہ ہمارے سارے حکمرانوں کی عقل کا امتحان ہے، ایران کے حکمرانوں کی، پاکستان کے حکمرانوں کی، افغانستان کے حکمرانوں کی، کہ ہم کس طرح
इस बदबخت जंग को अपने इलाके से दूर कर सकते हैं, वरना फिर दुनिया जान के चुमी तक तो उनकी जंग होगी, हमारे पहाड़ों या चूम की तरह गा से लिख देंगे दूसरे हाथ में चले जाएंगे। वो मायरी हैवाना कहते हैं अल्लाह पाक को सेंस दिया कि चूहे जब किसी बिल्डिंग का सफाया कर देते हैं, सुराख मुराख कर देते हैं, तो उनके जहन में अल्लाह पाक ने यह रखा है कि वो समझ जाते हैं कि ये बिल्डिंग अभी गिरने वाली, वो गिरने से पहले सब भाग जाते हैं। हमें वो सेंस भी नहीं दी गई, हमारे ये मुल्क बिल्कुल अपनी अंदरूनी उसकी वजह से, बिरने नहीं, अंदरूनी उसकी वजह से हमने इसे बिल्कुल खोखला कर दिया। इसके दो ही रास्ते हैं, या बिल्कुल ये बिल्डिंग अभी गिरेगी और वी आर गॉन विद द विंड, या हमने हिम्मत करनी होगी इसको नए सिरे से कलेक्टिव विजन में इसकी तश्कील नौ करनी होगी। तश्कील नौ यही है, आपको कला है आइन की इबादत इसकी, यहाँ पाकिस्तान में जमानों से, कल भी इसका एक आपने फिल्म का जो चलता है ट्रेलर कहते हैं, ट्रेलर कहते हैं, यहाँ पार्लियामेंट को इसलिए रखा जाता है जब 10 साल की किसी मार्शाला की बदकारियों को माफ करना होता है। जी द पार्लियामेंट हैज एब्जॉर्ब 1958 से लेकर 1990 तक अयूब खान के दौर में जो कुछ हुआ ये खत्म, जियाउल्लाह के जमाने जो कुछ हुआ द पार्लियामेंट हैज एब्जॉर्ब। पार्लियामेंट उस वक्त ताकत का सर चश्मा होती, उसको वो आईनी वो ताकत दी जाती है जब वो बदमाशों को बदकारों को उसकी वो करती है, लियाकतबाग में लोग मारे गए, पार्लियामेंट भी वो कर दिया। कल परसों या नवाज शरीफ जैसा आदमी जिसने कहा वो उसको इज्जत, तो उसका स्पीकर पार्लियामेंट में कहता है कि बिल्कुल आईएसआई को इसकी इजाजत है कि वो लोगों के टेलीफोन टेप करें, और फिर इस तरह के किसी को बोलने भी ना दे। ये उसका तीसरा टर्म है, तीसरा टर्म स्पीकर स्पीकरशिप का। आप एक इतनी बड़ी बर्बादी कर रहे हैं, हमारे टेलीफोन पहले कौन कैसे महफूज थे, हमारे टेलीफोन पहले कब नहीं हो रहे थे। आजम स्वाति रो रहा था कि मेरे घर की मेरे अपनी उसकी बर्बादी कर दी लोगों ने, मुझे खुद सेनेट ने कहा मुसीम सज्जाद ने जब वो चेयरमैन था कि महमूद भाई मेरे बेडरूम का जो टेलीफोन है उसमें से ये बना दीजिए, उसमें उनका क्या ताल्लुक है मेरे उसमें। अब इसको लेजिटिमाइज करना इसलिए ताकि कोई ना जा सके अदालतों के पास, अदालतों ने हिम्मत की पर्सन उसमें हिम्मत की रिजर्व सीट के बारे में 10 जजों ने लिखा चीफ जस्टिस को कि हमें धमकियां दी जा रही है, अगर अयाज की जगह कोई स्पीकर होता, ये जो मौलाना अयाज इसकी जगह कोई स्पीकर होता वो इस मसले पे कम से कम 3 दिन असेंबली में बैठ करा था। कि कैसे एक मेजर एक कर्नल जंग को धमकिया देता। इन हालात में हमारी ये तारीख है, इसमें हम हर उस आदमी से इमदाद चाहते हैं जिस भी पार्टी को, ऐसी पार्टी मेरे ख्याल में पाकिस्तान में कम ही होगी जो इन बातों पर यकीन नहीं रखेगी कि आइन वाला दस्त हो, पार्लियामेंट ताकत का सरचश्मा हो, यहाँ के वसायल यहाँ के लोगों के हवाले हों, यहाँ इंसाफ का बोल बाला हो, गरीब अमीर के दरमियान मामला चल पड़े। ये मुल्क 5 साल में तो मुश्किल है, 10 साल में शायद ये इस बहरानों से निकल आए और शायद उसका टाइगर बन जाए। अफगानिस्तान के मुताबिक हंगामा है, अफगानों को बताओ क्या कर रहे हो, क्या कर रहे हो, जो क्या जरूरत है अफगानिस्तानी का, वो नहीं पागल तो नहीं है ना, इतना खुदसर हो सकता है कि वो जो चाहे वो करेगा। लाउडली स्पीकिंग अफगानिस्तान का सेक्रेटरी जनरल बुला ले पाकिस्तान अफगानिस्तान और उसके तमाम हमसायों को बिछा दे, इधर सारे हमसाए अफगानिस्तान के मुताबिक लोग तुझसे ये खतरा है मौलाना, वो अपनी बात रख लेगा या अपनी बात रख लेंगे, हम वैसी चीन जैसे मुल्क को हम वही समझते हैं कि हम तुमको वो करें। चीन खून से गुजर के आजादी की तो उसमें शामिल हुआ है, जब आप उससे कहते हैं कि आपके बच्चों को अफगानों ने मारा वो हंस पड़ते हैं। जिस दिन हमारे वजीर दाखिला ने यह बात की कि चीनियों को अफगानिस्तान के लोगों ने मारा, उसी दिन चीन के लोग तालिबान सर अकस्तन इरादे से वर्दक में कोई कोयले था या उस दिन चीनी और अफगान वहां खड़े थे। चीन आज यहां से भाग रहा है, वहां अफगानिस्तान में
लाइन बिछा रहा है वहां रूस की एक हफ्ता पहले मैंने पढ़ा था कि जो शिंगाई कॉन्फ्रेंस या कौन सी कॉन्फ्रेंस शिंगाई नहीं दूसरी कॉन्फ्रेंस उसमें व्लादिमीर पुतिन ने कहा था कि तालिबान हमारे साथ एंटी टेररिस्ट जंग में शरीक है। अभी पुतिन वो कहे हम एक है उसका इलाज ये सिर्फ यही है कि हम अपना किसी के रिजन के उसमें अफगानिस्तान के हमसायों को बुलाया जाए अफगानिस्तान के हमसाए अपनी शिकायत रखे वो अपनी करें हमारे से काम नहीं होगा हम झूठ भी झूठ मतलब सख्त है गलत बयानी हमारे लिए गुनाह नहीं है हम करते रहते हैं उसमें हमारी सॉवरेनिटी का हमने खुद मजाक उड़ाया दुनिया एक आदमी को ढूंढ रही थी और अमरीकी ने बार बार हमें कहा कि भाई ये आदमी आप क्या है हमने कहा नहीं जिस तरह बच्चे हमारे यहां कहते बच्चे पत्थर फेंकते हैं फिर हाथ पीछे रखते हैं तमाम दुनिया ने कहा कि फलाना आदमी आपके पास हमने इनकार किया नतीजा क्या हुआ दो हेलीकॉप्टर छोड़ सिर्फ दो हेलीकॉप्टर उन्होंने हमारी सॉवरेनिटी की हमारी इज्जत की हमारी खुदमुख्तारी की धज्जियां उड़ा दो हेलीकॉप्टर आए और जनाब महमूद खान चिक रही साहब को उस हैदराबाद की छावनी से पकड़ कर ले गए हम कोई उनका से नहीं क्यों वो मजाक उड़ाते हैं अपने उसका इसका इलाज यही है कि हम बिस्मिल्लाह करें सब अवाम अवाम इस मुल्क को जमहूरी अंदाज में चलाएं अफगानिस्तान के साथ इधर उधर आज भी मैं इस इख्तियात का मायर तो नहीं हूं तो आज भी सेंट्रल एशिया में तीन चीजें मुफ्त पड़ी हैं बिजली गैस और पेट्रोल रूस और उधर अमेरिका और झगड़ा है उनके उसमें रूस चाहता होगा और चाहता है सेंट्रल एशिया भी चाहता है कि उनकी गैस पेट्रोल और बिजली की लाइनें पाकिस्तान से गुजरे हम अफगानिस्तान के रास्ते अगर ये काम कर लें हमें करोड़ों डॉलर मिलेंगे सिर्फ इसके किराया कि यहां से रूस की गैस की पाइपलाइन गुजरती है फलाना की बिजली की गुजरती है फलाना की उसकी गुजरती है हम कर्जदारों से भी बच जाएंगे और अगर ये तमाशा जो हो रहा है जो लोग मतलब वो नहीं मैं न झगड़ालू आदमी हूं न वो हूं मेरा ईमान ये है मैं मोहम्मद नवाज शरीफ बहुत बड़ा आदमी होगा हमारा आर्मी चीफ बहुत बड़ा आदमी होगा हमारी अफवाज बहुत बड़ी इज्जत के आमिल होंगी हमारे जमीत उलमा इस्लाम के रहबर जमात इस्लामी के रहबर बहुत बाइज्जत लोग होंगे जरदारी साहब बहुत बड़ा आदमी होगा लेकिन हम सब ने इनको कहना होगा कि नहीं पाकिस्तान उसके आवाम की आज़ादी